ਹੈਲੋ ਹੈਲੋ, ਇੱਕ ਪਾਸੇ ਤਾਂ ਸਰਕਾਰ ਵਿਆਹ ਜੋੜਿਆਂ ਨੂੰ ਜਾਂ ਦੂਜੀ ਜਾਤੀ ਦੇ ਕਰਾਉਣ ਵਾਲੇ ਲੋਕਾਂ ਨੂੰ ਵਿਆਹ ਜੋ ਹੁੰਦੇ ਨੇ ਇੱਕ ਦੂਜੀ ਜਾਤੀ ਇਹਨਾਂ ਨੂੰ 50,000 ਦੇ ਰਿਹਾ, ਪਰ ਅੱਜ ਇੱਕ ਨਿਰਾਸ਼ ਬੈਠਾ ਤੁਹਾਡੇ ਸਾਹਮਣੇ ਪ੍ਰੇਮੀ ਜੋੜਾ ਪਿੰਡ ਵਾਲਵਾਲ ਦਾ, ਇੱਕ ਪਾਸੇ ਕਾਕਾ ਕਮੇਕਰ ਸਿੰਘ ਜੀ ਬੈਠੇ ਨੇ, ਦੂਸਰੇ ਪਾਸੇ ਬੀਬੀ ਪਰਮਿੰਦਰ ਕੌਰ ਬੈਠੀ ਆ। ਇਹਦੇ ਕੁੜੀ ਦੇ ਘਰ ਵਾਲੇ ਕਾਕੇ ਨੂੰ ਮਾਰਨ ਲਈ ਫਿਰਦਿਆਂ ਨੇ ਜੋੜਾ ਨਿਰਾਸ਼ ਹੋ ਕੇ ਟੀ ਵੀ ਵਾਲਿਆਂ ਕੋਲ ਆਇਆ, ਇਸ ਲਈ ਅੱਜ ਅਸੀਂ ਕੁਝ ਸਵਾਲ ਜਵਾਬ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਪਹਿਲਾਂ ਬੀਬੀ ਨਾਲ ਅਸੀਂ ਕਰਦੇ ਹਾਂ। ਹਾਂਜੀ, ਕੀ ਨਾਂ ਜੀ ਤੁਹਾਡਾ? ਮਨਦੀਪ। ਮਾਂ ਹੈਲੋ, ਅੱਜ ਤੁਹਾਨੂੰ ਅਸੀਂ ਟੀ ਵੀ 'ਤੇ ਇੱਕ ਪ੍ਰੇਮੀ ਜੋੜਾ ਦਿਖਾ ਰਹੇ ਹਾਂਗੇ। ਇਹ ਪ੍ਰੇਮੀ ਜੋੜਾ ਬਹੁਤ ਹੀ ਨਿਰਾਸ਼ ਅਤੇ ਨਿਰਾਸ਼ ਹੋ ਕੇ ਸਾਡੇ ਕੋਲ ਪਹੁੰਚਿਆ ਅਤੇ ਸਵਾਲ ਜਵਾਬ ਕਰ ਰਿਹਾ ਸੀ ਤੁਹਾਡੇ ਸਾਹਮਣੇ। ਹਾਂਜੀ, ਕੀ ਨਾਂ ਤੁਹਾਡਾ ਜੀ? ਮਨਪ੍ਰੀਤ ਕੌਰ ਜੀ। ਅੱਛਾ ਜੀ, ਅੱਜ ਕੀ ਹਾਲਾਤਾਂ ਦੇ ਵਿੱਚ ਬੈਠੋ ਸੀ, ਸਾਨੂੰ ਇਸ ਬਾਰੇ ਦੱਸੋ ਕੁਛ। ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਜੀ। ਅੱਛਾ, ਕਦੋਂ ਤੋਂ? ਕਾਲਜ ਟਾਈਮ ਦੇ ਜੀ। ਅੱਛਾ ਜੀ, ਤੁਸੀਂ ਕਿੰਨੀ ਕੀ ਗ੍ਰੈਜੂਏਸ਼ਨ ਆ? ਗ੍ਰੈਜੂਏਸ਼ਨ ਤੁਹਾਡੀ ਕੀ ਹੋ ਜੀ? ਕੁਆਲੀਫਿਕੇਸ਼ਨ ਬੀਏ ਕੀਤੀ ਹੈ। ਅੱਛਾ ਕਾਕਾ ਜੀ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਜੀ? ਪੀਐਚਡੀ ਕਰੀ ਹੈ ਜੀ। ਅੱਛਾ, ਕਿੱਥੋਂ ਤੋਂ? ਚੰਡੀਗੜ੍ਹ ਤੋਂ ਜੀ। ਤੁਹਾਡੇ ਮਾਂ ਬਾਪ, ਕਾਕਾ ਜੀ, ਤੁਹਾਡੇ ਮਾਂ ਬਾਪ ਇਸ ਵਿਆਹ ਲਈ ਸਹਿਮਤ ਨੇ? ਨਹੀਂ ਜੀ, ਉਹ ਨਹੀਂ ਸਹਿਮਤ ਹੈਗੇ। ਕੀ ਗੱਲ ਕਾਕਾ ਜੀ? ਉਹ ਕਹਿੰਦੇ ਜੀ ਤੁਸੀਂ ਬਾਹਮਣਾ ਦੀ ਕੁੜੀ ਨਾਲ ਵਿਆਹ ਕਰਾਉਣਾ ਜੀ, ਤਾਂ ਕਰਕੇ। ਅੱਛਾ ਜੀ, ਹਾਂਜੀ, ਤੁਸੀਂ ਇਸ ਵਿਆਹ ਤੋਂ ਖੁਸ਼ ਹੋ ਬੀਬੇ ਜੀ? ਹਾਂਜੀ, ਮੈਂ ਪੂਰੀ ਖੁਸ਼ ਹਾਂ। ਤੁਹਾਡੇ ਮਾਂ ਬਾਪ ਦਾ ਕੀ ਵਿਚਾਰ ਹੈ ਇਸ ਵਿਆਹ ਬਾਰੇ? ਸਾਡੇ ਮਾਂ ਬਾਪ ਮੰਨਦੇ ਨੇ ਜੀ। ਕਿਉਂ ਨਹੀਂ ਮੰਨ ਰਹੇ? ਕਿਉਂਕਿ ਉਹ ਜੱਟਾਂ ਦਾ ਮੁੰਡਾ ਜੀ। ਅੱਛਾ, ਹਾਂਜੀ ਕਾਕਾ ਜੀ, ਇਸ ਵਿਚਕਾਰ ਅਸੀਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦੇ ਹਾਂ ਕਿ ਵਿਚੋਲਾ ਵੀ ਰਾਜੀ ਹੈ, ਇੱਕ ਮਾਂ ਬਾਪ ਦੇ ਕਾਰਨ ਇੱਕ ਪਤੀ ਪਤਨੀ ਦੇ ਵਿੱਚ ਵਿਛੋੜਾ ਪੈ ਰਿਹਾ, ਹੁਣ ਵਿਚੋਲਾ ਜੀ ਵਾਰਨਾ ਕਰਦੇ ਹੋਏ। ਇਹ ਵਿਚੋਲਾ ਪਿੰਡ ਪਠੂਣਿਆਂ ਤੋਂ ਮਾਲਵਿੰਦਰ ਸਿੰਘ ਤੁਹਾਡੇ ਸਾਹਮਣੇ ਆਸ਼ੀਰਵਾਦ ਦਿੰਦਾ ਹੋਇਆ ਅਤੇ ਮੂੰਹ ਮਿੱਠਾ ਕਰਾਉਂਦਾ ਹੋਇਆ। ਹੈਲੋ, ਇਹ ਜੋ ਜੋੜੀ ਤੁਸੀਂ ਦੇਖ ਰਹੇ ਹੋ ਅੱਜ ਟੀ ਵੀ ਦੇ ਉੱਤੇ, ਇਹ ਜੋੜੀ ਪਿੰਡ ਵਾਲਵਾਲ ਦੀ ਜੋੜੀ ਹੈ। ਕਾਕਾ ਕਮਿਕ ਸਿੰਘ ਦੇ ਨਾਲ ਬੈਠੀ ਬੀਬੀ ਮਨਪ੍ਰੀਤ ਕੌਰ, ਅਤੇ ਇਹ ਜਿਹੜਾ ਲਾੜਾ, ਇਹਦਾ ਜਿਹੜਾ ਰੌਲਾ ਗਾ ਉਹ ਕਾਫੀ ਸੀਰੀਅਸ ਲਵੋ ਅਤੇ ਤੁਸੀਂ ਆਪ ਹੱਲ ਲੱਭੋ ਇਸਦਾ। ਇਹਦਾ ਲਾੜਾ ਇਹ ਸ਼ੁਰੂ ਤੋਂ ਕਾਲਜ ਟਾਈਮ ਤੋਂ ਇਸ ਕੁੜੀ ਨੂੰ ਜਾਣੀ ਕਿ ਪਿਆਰ ਕਰਦਾ ਹੈ, ਅਤੇ ਇਹ ਕੁੜੀ ਕੀ ਚਾਹੁੰਦੀ ਹੈ ਆਓ ਇਸ ਕੁੜੀ ਕੋਲੋਂ ਪੁੱਛੀਏ। ਹਾਂਜੀ ਭਾਈ, ਤੁਸੀਂ ਕੀ ਚਾਹੁੰਦੇ ਹੋ? ਅੱਛਾ, ਤੁਸੀਂ ਇਸ ਵਿਆਹ ਤੋਂ ਖੁਸ਼ ਹੋ? ਹਾਂਜੀ ਪੂਰੇ। ਤੁਹਾਡੇ ਮਾਂ ਪਿਓ ਇਸ ਵਿਆਹ ਲਈ ਰਾਜ਼ੀ ਹਨ? ਮਾਂ ਵੀ, ਉਹ ਨਹੀਂ ਰਾਜ਼ੀ ਹੈਗੇ। ਅੱਛਾ, ਤੇ ਹੁਣ ਤੁਸੀਂ ਕਿੰਨੇ ਦਿਨਾਂ ਤੋਂ ਘਰੋਂ ਫਰਾਰ ਹੋ? ਸਾਨੂੰ ਹਫ਼ਤਾ ਹੋ ਗਿਆ ਜੀ। ਅੱਛਾ, ਹਾਂਜੀ ਕਾਕਾ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਜਾਂ ਫਿਰ ਪਿੰਡ ਦੀ ਪੰਚਾਇਤ ਨੂੰ? ਮੈਂ ਤਾਂ ਪੰਚਾਇਤ ਨੂੰ ਇਹੀ ਕਹੂੰਗਾ ਵੀ 50,000 ਰੁਪਇਆ ਦੇ ਦਿਓ, ਮੇਰਾ ਘਰ ਬਾਰ ਬਣ ਜਾਊਗਾ। ਕੀ ਸੰਭੂ ਸਰਪੰਚ ਦਾ ਕੋਈ ਰੋਲ ਹੈ ਇਹਦੇ ਵਿੱਚ? ਸੰਭੂ ਸਰਪੰਚ ਦਾ, ਸਰਪੰਚ ਨੂੰ ਲਾਹ ਦੇਣਾ ਚਾਹੀਦਾ, ਹੁਣ ਤਾਂ ਬਹੁਤ ਪਾਬੰਦੀਆਂ ਲਾ ਤੀਆਂ ਪਿੰਡ ਦੇ ਉੱਤੇ। ਕੋਈ ਵਿਚੋਲਾ ਹੈਗਾ ਤੁਹਾਡੇ ਕੋਲੇ, ਕੋਈ ਗਵਾਹ? ਗਵਾਹ ਤਾਂ ਜੀ ਕੋਰਟ ਮੈਚ ਹੋਈ ਆ ਜੀ। ਕਾਗਜ਼ ਪੱਤਰ ਹੈਗਾ ਕੋਈ ਤੁਹਾਡੇ ਕੋਲ? ਹਾਂਜੀ, ਉਹ ਪੱਕੇ ਨੇ। ਅੱਛਾ, ਹੋਰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੂੰਗਾ ਜੀ, ਕੋਈ ਘਰਦਿਆਂ ਪ੍ਰਤੀ ਮੰਗ ਤੁਹਾਡੀ? ਮੰਗ ਤਾਂ ਜੀ ਜ਼ਮੀਨ ਦੇ ਦੇਣ ਅੱਧੀ। ਕੋਈ ਦਾਜ ਦੀ? ਦਾਜ ਦੀ ਨਾ ਜੀ। ਕੀ ਤੁਸੀਂ ਇਸ ਲੜਕੀ ਨੂੰ ਖੁਸ਼ ਰੱਖੋਗੇ? ਬੇਟਾ ਉਹਨਾਂ ਦਾ ਸਮਝ ਦੱਸੂਗਾ। ਅੱਛਾ ਜੀ, ਮੈਂ ਇੰਡੀਆ ਟੀ ਵੀ।